ਮਾਫ਼ 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 ਉਹ ਇੱਦਾਂ ਚੰਗਾ ਨਹੀਂ ਲੱਗਦਾ ਅੱਲਾ ਕਹਿੰਦਾ ਵੀ ਉਹ ਕਹਿੰਦਾ ਵੀ ਕੱਟੇ ਮੰਗੋ ਵੀ ਮੈਨੂੰ ਮਨਾ ਲਓ ਆਪਾਂ ਨਹੀਂ ਅੰਦਰ ਜਾਣਾ ਤੁਸੀਂ ਜਾ ਮੈਂ ਨਹੀਂ ਜਾਣਾ ਅੰਦਰ ਥੋੜੀ ਜਾਣਾ ਸੀ ਮੈਂ ਅੰਦਰ ਨਹੀਂ ਬਾਹਰ ਵੀ ਨਹੀਂ ਉਹ ਆ ਵੀ ਅੱਜ ਤੋਂ ਬਾਅਦ ਦੇਖਾਂਗੇ ਮੈਂ ਹੀ ਜਾਣ ਦੋ ਨਾ ਇਹ ਇਹਨਾਂ ਨੇ ਜਣਾ ਮੀਟਿੰਗ ਹਾਲ ਚ ਜਦ ਤੱਕ ਅੱਜ ਤੋਂ ਬਾਅਦ ਇਹਨਾਂ ਨੂੰ ਦੱਸੂਗੇ ਕਿ ਕਿਸ ਤਰ੍ਹਾਂ ਚੋਰੀਆਂ ਹੁੰਦੀਆਂ ਮੈਂ ਇੱਥੇ ਨਹੀਂ ਬੈਠਣਾ ਨਹੀਂ ਉਹ ਨਹੀਂ ਮੈਂ ਕੰਮ ਆਪ ਆਗੂ ਕਰ ਰਹੇ ਮਨ ਮਰਜ਼ੀਆਂ ਇੱਥੇ ਕਰ ਰਹੇ ਠੇਕੇਦਾਰੀਆਂ ਮੈਂ ਤੁਹਾਨੂੰ ਠੇਕੇਦਾਰਾਂ ਦੀ ਲਿਸਟ ਦੇ ਦੂੰਗਾ ਆਪ ਆਗੂ ਫਿਰਦੇ ਸਕੂਲਾਂ ਦੇ ਵਿੱਚ ਆਪ ਆਗੂ ਫਿਰਦੇ ਫਾਰਮੇਸੀ ਕਾਲਜਾਂ ਦੇ ਵਿੱਚ ਆਪ ਆਗੂ ਫਿਰਦੇ ਸਾਡੀ ਗੈਰ ਹਾਜ਼ਰੀ ਦੇ ਵਿੱਚ ਇੱਥੇ ਆ ਕੇ ਆਪਣੀਆਂ ਕਰਦੇ ਠੇਕੇਦਾਰੀਆਂ ਆਪਣੀਆਂ ਮਰਜ਼ੀਆਂ ਨਾਲ ਨਜਾਇਜ਼ ਬੰਦੇ ਰਖਾ ਰਹੇ ਆਪ ਆਗੂ ਸੜਕਾਂ ਨਹੀਂ ਬਣ ਦੇ ਰਹੇ ਆਪ ਆਗੂ ਹੋਰ ਚੰਗੇ ਕੰਮ ਨਹੀਂ ਹੋਣ ਦੇ ਰਹੇ ਕੇਵਲ ਤੇ ਕੇਵਲ ਆਪਣੀਆਂ ਜੇਬਾਂ ਭਰਨ ਚ ਲੱਗੇ ਹੋਏ ਪਤਾ ਕੀ ਸੈਣੀ ਸਾਹਿਬ ਗੱਲ ਇਹ ਕਿ ਜਿਹੜਾ ਤਾਂ ਹੋਵੇ ਮਾੜਾ ਕੰਮ ਉਹ ਕੀਤਾ ਅਧਿਕਾਰੀਆਂ ਨੇ ਜਿਹੜਾ ਚੰਗਾ ਕੰਮ ਉਹ ਕੀਤਾ ਅਧਿਕਾਰੀਆਂ ਨੇ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਸਾਡੇ ਪ੍ਰਧਾਨ ਸਾਹਿਬ ਬੋਲਣ ਚ ਮਜਬੂਰ ਹੈ ਵੀ ਉਹ ਬੋਲ ਨਹੀਂ ਸਕਦੇ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਪਰ ਉਹਨਾਂ ਦੀ ਸ਼ਰਾਫਤ ਦਾ ਫਾਇਦਾ ਉਠਾਉਂਦੇ ਇਹ ਲੋਕ ਇਹਨਾਂ ਨੇ ਬੇੜਾ ਗਰਕ ਕਰਕੇ ਰੱਖਤਾ ਸ਼ਹਿਰ ਦਾ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਸ਼ਹਿਰ ਦੇ ਲੋਕ ਸਫਾਈ ਤੋਂ ਮਰ ਰਹੇ ਸ਼ਹਿਰ ਦੇ ਵਿੱਚ ਪਾਣੀ ਮਿਲ ਨਹੀਂ ਰਿਹਾ ਸ਼ਹਿਰ 'ਚ ਬਿਜਲੀ ਦੀ ਸਮੱਸਿਆ ਹੈ ਸਾਰੇ ਐਮਸੀ ਨੂੰ ਗਾਲਾਂ ਕੱਢਦੇ ਲੋਕ ਪਰ ਮੈਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਅਸੀਂ ਤੁਹਾਡੀ ਲੜਾਈ ਲੜਦੇ ਪਰ ਇਸ ਲੜਾਈ ਦੇ ਉੱਪਰ ਅਧਿਕਾਰੀ ਸੱਪ ਵਾਂਗੂ ਕੁੰਡਲੀ ਬੈਠ ਕੇ ਬੈਠ ਜਾਂਦੇ ਆਉਣ ਵਾਲੇ ਸਮੇਂ 'ਚ ਇਹਨਾਂ ਦੀਆਂ ਮਨ ਮਰਜ਼ੀਆਂ ਦਾ ਅਸੀਂ ਪੂਰਾ ਵਿਰੋਧ ਕਰਾਂਗੇ ਤੇ ਪਬਲਿਕ ਅੱਗੇ ਨੰਗਾ ਕਰਾਂਗੇ ਜਿਹੜੇ ਅਫਸਰ ਹੈ ਉਹ ਧੱਕੇ ਨਾਲ ਆਪਣੀ ਮਨ ਮਰਜ਼ੀ ਕਰਕੇ ਸ਼ਹਿਰ ਨੂੰ ਲੁੱਟ ਰਹੇ ਸ਼ਹਿਰ ਦੇ ਲੋਕਾਂ ਦੇ ਕੰਮਾਂ 'ਚ ਰੋੜਾ ਬਣ ਰਹੇ ਸ਼ਹਿਰ ਦੀ ਸਫਾਈ ਹੋਣ ਨਹੀਂ ਦੇ ਰਹੇ ਕੇਵਲ ਤੇ ਕੇਵਲ ਆਪਣੇ ਹੱਕਾਂ ਨੂੰ ਖੁਸ਼ਕਾਂ ਲਈ ਲੜ ਰਹੇ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਭਰਾਓ ਆਓ ਇਕੱਠੇ ਹੋਈਏ ਇਹਨਾਂ ਅਧਿਕਾਰੀਆਂ ਦੇ ਖਿਲਾਫ਼ ਇਹਨਾਂ ਅਧਿਕਾਰੀਆਂ ਨੂੰ ਸਬਕ ਸਿਖਾਈਏ ਕਿ ਕਿਸ ਤਰ੍ਹਾਂ ਸ਼ਹਿਰ ਵਾਸੀਆਂ ਦਾ ਪੈਸਾ ਲੁੱਟਿਆ ਜਾ ਰਿਹਾ ਕਿਸ ਤਰ੍ਹਾਂ ਡੀਜ਼ਲ ਪੈਟਰੋਲ ਦੇ ਵਿੱਚ ਪੈਸਾ ਲੁੱਟਿਆ ਜਾ ਰਿਹਾ ਕਿਸ ਤਰ੍ਹਾਂ ਆਊਟਸੋਰਸਿੰਗ ਦੇ ਬੰਦੇ ਰੱਖ ਕੇ ਆਪਣੇ ਘਰਾਂ 'ਚ ਕੰਮਾਂ ਤੇ ਲਾਏ ਜਾ ਰਹੇ ਦਖਲ ਅੰਦਾਜ਼ੀਆਂ ਕਰ ਰਹੇ ਬੇਲੋੜੀਆਂ ਅਗਲੀ ਵਾਰ ਨੂੰ ਕੌਂਸਲ ਆਊਗੀ ਚੁਣ ਲੈਣ ਉਹਨਾਂ ਨੇ ਮੰਤਰੀ ਸਾਹਿਬ ਨੂੰ ਚੁਣਿਆ ਵਿਧਾਨ ਸਭਾ 'ਚ ਮੁੱਦੇ ਖਾ ਲੈਣ ਆਪਣੇ ਪੱਲਿਓਂ 1 ਰੁਪਏ ਦੀ ਗ੍ਰਾਂਟ ਦਿੱਤੀ ਦਾ ਦੱਸ ਦਿਓ ਤੁਹਾਨੂੰ ਆਪ ਆਗੂ ਸਿਰਫ ਠੇਕੇਦਾਰੀਆਂ ਕਰ ਲੈ ਰਹੇ ਜਿੱਦਣ ਦੱਸਣਾ ਤੁਹਾਨੂੰ ਲਿਸਟ ਵੀ ਜਾਰੀ ਕਰਕੇ ਦੇ ਦਾਂਗੇ ਵੀ ਕਿਹੜਾ ਕਿਹੜਾ ਬੰਦਾ 20-30 ਲੱਖ ਦੇ ਠੇਕੇ ਲੈ ਗਿਆ ਅਸੀਂ 15 ਸਾਲ ਤੋਂ ਕੌਂਸਲ ਰਹੇ 1 ਰੁਪਏ ਦਾ ਲਾਮ ਲਾ ਕੇ ਦੱਸ ਦੋ ਵੀ ਅਸੀਂ ਲੈ ਕੇ ਗਏ ਨਹੀਂ ਟਾਈਮ ਕਾ ਦਾਣਾ ਟਾਈਮ ਕਦੋਂ ਆ ਟਾਈਮ ਨਹੀਂ ਆ ਐਡੀ ਉੱਚੀ ਬਾਤ ਕੋਈ ਬੋਲ ਸਕਦਾ ਮੈਂ ਕਿ ਦੱਸੋਗੇ ਨਹੀਂ ਐਡੀ ਉੱਚੀ ਬਾਤ ਕੋਈ ਬੋਲ ਸਕਦਾ ਠੇਕੇਦਾਰ ਦੇ ਨਾਮ ਇਹ ਟਾਈਮ ਹੈ ਬੀਤੇ ਦਿਨ ਹੀ ਸਫਾਈ ਕਾਮਿਆਂ ਦੇ ਧਰਨਾ ਨਹੀਂ ਕੁਝ ਖੜੇ ਅੰਦਰ ਸਾਰਿਆਂ ਨੇ ਸਮਰਥਨ ਦਿੱਤਾ ਉਹ ਚਾਹੁੰਦੇ ਕਿ ਅਸੀਂ ਇਹ ਚੀਜ਼ਾਂ ਬਾਹਰ ਨਾ ਲੈ ਕੇ ਜਾਈਏ ਪਰ ਅੰਤ ਦੇ ਵਿੱਚ ਦੁਖੀ ਹੋ ਕੇ ਬਾਹਰ ਆਣਾ ਪਿਆ ਮਜਬੂਰੀ ਹੈ ਕੱਲੇ ਕੱਲੇ ਨੂੰ ਫੋਨ ਕਰਕੇ ਪੁੱਛ ਲਿਓ ਉਹਨਾਂ ਦੀ ਦਿਲ ਦੀ ਆਵਾਜ਼ ਸਾਰੇ ਸਾਡੇ ਮੁੱਦਿਆਂ ਨਾਲ ਸਹਿਮਤ ਹੈ ਜੋ ਕੌਂਸਲ ਮਤੇ ਪਾਸ ਹੁੰਦੇ ਆ ਉਹਦੇ ਮੁਤਾਬਿਕ ਇਹ ਕੰਮ ਕਰ ਸਕਦੇ ਉਹਦੇ ਤੋਂ ਬਾਹਰ ਤਾਂ ਆਪਾਂ ਜਾ ਹੀ ਨਹੀਂ ਸਕਦੇ ਹਨਾ ਜਿਹੜੇ ਵੀ ਕੋਈ ਵਿਕਾਸ ਦੇ ਕੰਮ ਹੈ ਜਾਂ ਸ਼ਹਿਰ ਦੇ ਕੰਮ ਹੈ ਉਸ ਤੋਂ ਬਾਹਰ ਤਾਂ ਆਪਾਂ ਜਾ ਨਹੀਂ ਸਕਦੇ ਤੇ ਕੋਈ ਪਰਟੀਕੂਲਰ ਹੈ ਚੀਜ਼ ਤਾਂ ਉਹ ਆਪਾਂ ਦੱਸਣ ਲਈ ਤਿਆਰ ਹੈ ਸਰ ਐਸੇ ਆਰੋਪ ਵੀ ਲੱਗਦੇ ਕਿ ਨਗਰ ਕੌਂਸਲ ਜਿਹੜੇ ਹੈ ਕੰਮ ਤੇ ਜਾਰੀ ਕਰਦੀ ਹੈ ਲੇਕਿਨ ਉਹਦੀ ਮੋਨੀਟਰਿੰਗ ਨਹੀਂ ਕੀਤੀ ਜਾਂਦੀ ਠੇਕੇਦਾਰ ਮਨ ਮਰਜ਼ੀ ਨਾਲ ਕੰਮ ਕਰਕੇ ਜਾਂਦੇ ਘਟੀਆ ਜਿਹੜਾ ਸਮਾਨ ਹੈ ਉਹ ਪ੍ਰਯੋਗ ਕੀਤਾ ਜਾਂਦਾ ਨਹੀਂ ਇਸ ਤਰ੍ਹਾਂ ਦੇ ਦੇਖੋ ਜੇ ਕਿਤੇ ਇੱਦਾਂ ਦਾ ਕੋਈ ਪਰਟੀਕੂਲਰ ਕੰਮ ਹੈ ਆਪਾਂ ਕਹੀਏ ਵੀ ਜੇ 10 ਕੰਮ ਚੱਲਦੇ ਜਾਂ 15 ਵੀ ਸਾਰੇ ਉਦਾਂ ਦੇ ਹੈ ਹੋ ਸਕਦਾ ਕਿਸੇ ਕੰਮ 'ਚ ਕੋਈ ਹੋਵੇ ਕੋਈ ਠੇਕੇਦਾਰ ਪਰਟੀਕੂਲਰ ਨੇ ਮਟੀਰੀਅਲ ਦੀ
ਕੋਈ ਘਟੀਆ ਵਰਤੋਂ ਕੀਤੀ ਹੋਵੇ, ਜੇ ਉਹ ਧਿਆਨ ਚਾਹੁੰਦਾ ਉਹਦੇ ਅਕੋਰਡਿੰਗ ਕੰਮ ਕਰਾਈਦਾ, ਠੀਕ ਕਰਾਈਦਾ, ਜੇ ਨਹੀਂ ਕਰਾਈਦਾ ਅਗਲੇ ਦੇ ਪੈਸੇ ਕੱਟੀ ਦੇ ਆ। ਤੋ ਐਜ਼ ਪਰ ਲਾਅ ਤਾਂ ਕੋਸ਼ਿਸ਼ ਪੂਰੀ ਹੁੰਦੀ ਹੈ ਵੀ ਕੰਮ ਤਸੱਲੀ ਬਖਸ਼ ਹੋਵੇ ਔਰ ਮਟੀਰੀਅਲ ਅੱਛਾ ਲੱਗਿਆ ਹੋਵੇ। ਸਰ ਜਨਤਾ ਦੇ ਜਿਹੜੇ ਟੈਕਸਾਂ ਦਾ ਪੈਸਾ ਹੈ, ਕਿਸੇ ਨੇ ਆਪਣੀ ਜੇਬ 'ਚ ਤਾਂ ਲਾਉਣਾ ਨਹੀਂ ਅਧਿਕਾਰੀਆਂ ਨੇ, ਅਗਰ ਐਡਾ ਬੜਾ ਸਟਾਫ ਹੈ ਕਿਉਂ ਤੁਹਾਡੇ ਬੰਦੇ ਮੋਨੀਟਰਿੰਗ ਨਹੀਂ ਕਰਦੇ, ਆਪਣੇ ਬੰਦੇ ਕਿਉਂ ਨਹੀਂ ਜਾ ਕੇ ਕਰਦੇ, ਕਿਉਂ ਐਸਾ ਲੋਕੀ ਕਹਿਣ ਤੁਹਾਨੂੰ ਆ ਕੇ ਵੀ ਲੋ ਜੀ ਇੱਥੇ ਘਟੀਆ ਸਮਾਨ ਵਰਤਿਆ ਤੇ ਨਹੀਂ? ਏਦਾਂ ਦਾ ਕੋਈ ਨਹੀਂ ਹੈ, ਜਿਹੜੇ ਸਾਡੇ ਜੇਈ ਸਾਹਿਬਾਨ ਆ ਮੌਕੇ ਤੇ ਜਾਂਦੇ ਆ, ਜੇ ਕੋਈ ਅਸੀਂ ਬੇਨਤੀ ਕਰਦੇ ਸੀ ਵੀ ਤਰੀਕੇ ਨਾਲ ਜੇ ਮਤਲਬ ਕਿ ਕੋਈ ਏਦਾਂ ਦੀ ਕੰਮ ਹੈਗਾ ਕੋਈ ਧਿਆਨ ਚ ਲਿਆ ਹੈ ਸਾਡੇ ਧਿਆਨ ਚ ਲਿਆਓ, ਅਸੀਂ ਵੀ ਕਾਰਵਾਈ ਕਰਾਂਗੇ। ਪਰ ਏਦਾਂ ਕੋਈ ਅਸੀਂ ਤਾਂ ਚੈਕਿੰਗ ਕਰੀ ਦੀ ਹੈ, ਜਿਹੜਾ ਕੋਈ ਸਰਟੀਫਿਕੇਟ ਦਿੰਦਾ ਜੇਈ ਬਕਾਇਦਾ ਵੀ ਆਹ ਜਿਹੜਾ ਕੰਮ ਹੋਇਆ ਜਿਹਦੀ ਪੇਮੈਂਟ ਤੋਂ ਪਹਿਲਾਂ ਵੀ ਐਜ਼ ਪਰ ਗਵਰਨਮੈਂਟ ਰੂਲਸ ਹੈ, ਇਹ ਚ ਕੋਈ ਖਾਮੀ ਨਹੀਂ ਹੈ। ਸਰ ਹਰ ਜਗ੍ਹਾ ਦਾ ਸਾਥੀ ਵੀ ਨਹੀਂ ਜਾਂਦਾ, ਲੇਕਿਨ ਮੈਂ ਮੁਹੱਲਾ ਰਾਜਨਗਰ ਚ ਗੁਰਦੁਆਰੇ ਗਲੀ ਹੈ ਉਹਦੀ ਮੈਂ ਮਿਸਾਲ ਦਿੰਦਾ। ਇੱਕ ਗਲੀ ਠੇਕੇਦਾਰ ਭਾਗ ਸਿੰਘ ਨੇ ਬਣਾਈ ਹੈ, 5 ਦਿਨ ਬਾਅਦ ਗਲੀ ਬਹਿ ਗਈ, ਉਸ ਬੰਦੇ ਨੂੰ ਦੁਬਾਰਤੀ ਕਹਿ ਕਹਾ ਕੇ ਗਲੀ ਦੁਬਾਰਤੀ ਬਣੀ ਹੈ, ਲੇਕਿਨ ਦੂਏ ਦਿਨ ਫਿਰ ਬਹਿ ਗਈ। ਲੇਕਿਨ ਪੈਸਾ ਤਾਂ ਲੋਕਾਂ ਦਾ ਨਾ ਜੀ, ਜਨਤਾ ਦਾ ਪੈਸਾ ਹੈ। ਦੇਖੋ ਪੈਸਾ ਤਾਂ ਜੇ ਏਦਾਂ ਦੀ ਗੱਲ ਹੈ ਤੇ ਕੋਈ ਪੇਮੈਂਟ ਨਹੀਂ ਉਹਦੀ ਹੁੰਦੀ ਜਦੋਂ ਤੱਕ ਠੀਕ ਨਹੀਂ ਹੁੰਦੀ, ਠੀਕ ਹੈ ਕਿ ਨਹੀਂ? ਜੇ ਉਹ ਫਿਰ ਵੀ ਜੇ ਕੋਈ ਬਹੁਤੀ ਉਹ ਹੋਵੇ ਫਿਰ ਕਾਰਵਾਈ ਵੀ ਕਰੀ ਦੀ, ਅਗਲੇ ਦੇ ਖਿਲਾਫ਼ ਅਸੀਂ ਬਲੈਕਲਿਸਟ ਕਰਨ ਦੀ ਵੀ ਕਾਰਵਾਈ ਕਰੀ ਦੀ ਹੈ। ਉਹ ਕਈ ਚੀਜ਼ਾਂ ਦਾ ਕਈ ਵਾਰ ਚੀਜ਼ਾਂ ਨਹੀਂ ਬਾਹਰ ਆਉਂਦੀਆਂ, ਫਾਈਲ ਤੇ ਕਾਰਵਾਈ ਤਾਂ ਹੁੰਦੀ ਹੈ। ਤੇ ਸਰ ਕੱਲੇ ਜੇਈ ਦੇ ਉੱਤੇ ਸਿਰ ਦੇ ਨਾਲ ਤੁਸੀਂ ਵੀ ਐਡੇ ਬੜੇ ਅਫਸਰ ਹੋ, ਤੁਸੀਂ ਖੁਦ ਜਾਂਚ ਕਰ ਸਕਦੇ ਹੋ ਕਿਤੇ ਵੀ ਜਾਂਚ? ਨਹੀਂ ਜਾਂਚ ਤਾਂ ਮੈਂ ਵੀ ਕਰ ਸਕਦਾ ਨਹੀਂ ਜੇਈ, ਇੱਕ ਮਿੰਟ, ਮੌਕੇ ਦਾ ਜਿਹੜਾ ਅਫਸਰ ਹੈ ਕਿਸੇ ਕੰਮ ਦਾ, ਮੰਨ ਲਓ 3 ਜੇਈ ਹੈ, ਉਹ ਗਲੀ ਦਾ ਤਾਂ ਉਹ ਉਹਨੇ ਦੇਖਣਾ ਹੈਗਾ, ਸਮਝੇ ਕਿ ਨਹੀਂ ਗੱਲ? ਉਹ ਟੈਕਨੀਕਲ ਬੰਦਾ, ਮੇਰੀ ਵੀ ਜ਼ਿੰਮੇਵਾਰੀ, ਮੈਂ ਇਹ ਨਹੀਂ ਕਹਿੰਦਾ, ਪਰ ਸਾਰੀ ਜਗ੍ਹਾ ਤਾਂ ਜਾਣਾ ਮੁਸ਼ਕਲ ਹੈ ਨਾ ਸਾਡਾ ਵੀ, ਸਮਝੇ ਕਿ ਨਹੀਂ ਗੱਲ? ਪਰ ਮੌਕੇ ਦਾ ਜਿਹੜਾ ਠੇਕੇਦਾਰ ਨਾ 1-to-1 ਹੈ, ਮੌਕਾ ਡੇ ਟੂ ਡੇ ਜਦੋਂ ਕੰਮ ਚੱਲਦਾ ਉਹਨੂੰ 15 ਦਿਨ ਲੱਗਦੇ ਜਾਂ ਮਹੀਨਾ ਹੁੰਦਾ, ਸਾਰੇ 19 ਵਾੜੇ ਹਫ਼ਤੇ ਬਾਅਦ ਵੀ ਇੱਕ ਵਾਰ ਚ ਜਾਓ ਤਾਂ ਕੋਈ ਐਡੀ ਵੱਡੀ ਗੱਲ ਨਹੀਂ। ਉਹ ਤਾਂ ਚਲੇ ਜਾਣਗੇ, ਐਸੀ ਕੋਈ ਦਿੱਕਤ ਨਹੀਂ ਹੈ, ਪਰ ਫਿਰ ਗੱਲ ਉਹ ਆ ਵੀ ਹਫ਼ਤੇ ਬਾਅਦ ਜਾਣ ਚ ਤਾਂ ਕੰਮ ਹੋ ਜਾਂਦਾ, ਜੇਈ ਕੋਲ ਤਾਂ ਮੰਨ ਲਓ 4 ਵਾਰਡ ਹੈ ਜਾਂ 4-5 ਵਾਰਡ ਹੈ, ਆਰੋਪ ਹੈ ਕਿ ਕਈ ਕੰਮ ਹੋਏ ਨਹੀਂ ਉਹਦੀ ਪੇਮੈਂਟਾਂ ਹੋ ਗਈਆਂ, ਐਸੇ ਵੀ ਆਰੋਪ ਹੈ, ਇਦਾਂ ਦਾ ਕੋਈ ਹੋ ਨਹੀਂ ਸਕਦਾ, ਐਮਸੀ ਸਾਹਿਬ ਹੀ ਆਰੋਪ ਲਗਾ ਰਹੇ ਐਸੇ। ਦੇਖੋ ਏਦਾਂ ਦਾ ਕੋਈ ਕਦੀ ਹੋ ਹੀ ਨਹੀਂ ਸਕਦਾ ਪੋਸੀਬਿਲਿਟੀ ਵੀ ਕੰਮ ਹੋਇਆ ਨਾ ਹੋਵੇ ਔਰ ਪੇਮੈਂਟ ਹੋ ਜੇ, ਇਹ ਤਾਂ ਪੋਸੀਬਿਲਿਟੀ, ਆਰੋਪ ਲਗਾਉਣਾ ਤਾਂ ਰਾਜਨੀਤੀ ਚ ਹੋ ਸਕਦਾ, ਅਸੀਂ ਤਾਂ ਕਾਗਜ਼ਾਂ ਦੇ ਕੰਮ ਕਰਨਾ, ਸਮਝੇ ਕਿ ਨਹੀਂ? ਸਰਟੀਫਿਕੇਟ ਦਿੰਦਾ 2 ਅਕਤੂਬਰ ਦੇ ਕਨੈਕਸ਼ਨ ਕਿਉਂ ਨਹੀਂ ਹੋਏ, ਜਦ ਕਰਦੇ ਇੰਸਟਾਲ, ਮਹੀਨਾ 1.5 ਮਹੀਨਾ ਹੋ ਚੁੱਕਾ, ਬਿਜਲੀ ਬੋਰਡ ਨੇ ਨਹੀਂ, ਅਸੀਂ ਜਨਰੇਟਰ ਨਾਲ ਉਹਦੀ ਟੈਸਟਿੰਗ ਕਰ ਲਈ, ਬਿਜਲੀ ਬੋਰਡ ਨੂੰ ਪਰਸਿਊ ਕਰ ਰਹੇ ਵੀ ਕਰੋ ਕਰੋ ਕਰੋ,